ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਕਾਲਰ ਸਾਡੇ ਨਾਲ ਜੁੜੇ ਹੋਏ ਹਨ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇਸ ਵਿਸ਼ੇ ਤੇ ਕੀ ਕੁਝ ਗੱਲ ਸਾਡੇ ਸਾਹਮਣੇ ਰੱਖਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸੁਣਨ ਵਾਲਿਆਂ ਨੂੰ ਵੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਗੱਲ ਕਹੂੰਗੀ, ਦੇਖੋ ਜੀ, ਹਾਂਜੀ ਮੈਂ ਗੱਲ ਕਹਾਂਗੀ, ਦੇਖੋ ਵੀ ਆਪਣੇ ਧਾਰਮਿਕ ਥਾਵਾਂ ਤੇ ਜਦੋਂ ਆਪਣੇ ਗੁਰਚਰਨ ਸਿੰਘ ਚੋੜਾ ਸਾਹਿਬ ਸੀ ਪ੍ਰਧਾਨ, ਉਦੋਂ ਦੀਆਂ ਇੰਜ ਦੀਆਂ ਗੱਲਾਂ ਹੈ ਨੀ ਸੀ ਜੋ ਹੁਣ ਹੋ ਰਹੀਆਂ ਨੇ। ਜੀ ਜੀ ਜੀ। ਦੇਖੋ ਸਿਆਸਤ ਉਦੋਂ ਇੱਕ ਪਾਸੇ ਸੀ ਤਾਂ ਆਪਣਾ ਜਿਹੜਾ ਦੂਜਾ ਮੁੱਦਾ ਵਾ ਉਹ ਇੱਕ ਪਾਸੇ ਸੀ, ਧਾਰਮਿਕ ਇੱਕ ਪਾਸੇ, ਸਿਆਸਤ ਇੱਕ ਪਾਸੇ। ਹੁਣ ਇਹਨਾਂ ਲੋਕਾਂ ਨੇ ਖਿਚੜੀ ਬਣਾ ਦਿੱਤੀ ਆ ਸਾਰੀ, ਧਾਰਮਿਕ ਵੀ ਆਪਣਾ ਸਿਆਸੀ ਵੀ, ਇਹ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਉਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਆ। ਬਿਲਕੁਲ ਤੁਸੀਂ ਠੀਕ ਕਿਹਾ ਵਾ ਵੀ ਫਤਿਹ ਉਸ ਥਾਂ ਤੇ ਬੁਲਾਓ ਜਾਂ ਧਾਰਮਿਕ ਕੋਈ ਕੰਮ ਚੱਲਦਾ ਹੋਵੇ ਜਾਂ ਕੋਈ ਕੀਰਤਨ ਦਰਬਾਰ ਹੋਵੇ ਜਾਂ ਕੋਈ ਸਮੱਸਿਆ ਇਸ ਤਰ੍ਹਾਂ ਦੀ ਹੋਵੇ, ਜਿਹੜੀ ਜਿਸ ਤਰ੍ਹਾਂ ਦਾ ਪ੍ਰੋਗਰਾਮ ਚੱਲਦਾ ਉਸ ਤਰ੍ਹਾਂ ਹੀ ਬੰਦੇ ਨੂੰ ਗੱਲ ਕਰਨੀ ਚਾਹੀਦੀ ਹੈ। ਸਾਡੇ ਸਰੋਤਿਆਂ ਨੂੰ ਵੀ ਇੱਕ ਹੋਣਾ ਚਾਹੀਦਾ ਵਾ ਵੀ ਨਹੀਂ, ਜਿਸ ਤਰ੍ਹਾਂ ਸਿਆਸਤ ਇੱਕ ਪਾਸੇ, ਧਾਰਮਿਕ ਗੱਲਾਂ ਇੱਕ ਪਾਸੇ, ਇਹ ਦੇਖੋ ਜੇ ਆਪਾਂ ਸਿਆਸਤ ਤੇ ਧਾਰਮਿਕ ਗੱਲਾਂ ਸਾਰੀ ਖਿਚੜੀ ਮਿਲਾ ਦਈਏ ਤਾਂ ਹੀ ਤੇ ਬੇੜਾ ਗਰਕ ਹੋਣ ਦਿਆ ਕੌਮ ਦਾ। ਬਿਲਕੁਲ ਬਿਲਕੁਲ, ਉਹ ਇੱਕ ਤੇ ਗੱਲ ਅਸੀਂ ਅਵੇਅਰਨੈਸ ਕਰ ਰਹੇ ਹਾਂ ਕਿ ਅਸੀਂ ਧਰਮ ਔਰ ਸਿਆਸਤ ਨੂੰ ਨਾ ਦੋਨਾਂ ਨੂੰ ਇਕੱਠੇ ਜੋੜੀਏ, ਦੋਨੋਂ ਵੱਖ ਵੱਖ ਅਦਾਰੇ ਹਨ, ਉਹਨਾਂ ਨੂੰ ਵੱਖ ਵੱਖ ਹੀ ਅਸੀਂ ਰਹਿਣ ਦਈਏ। ਨਹੀਂ ਜੀ, ਨਹੀਂ ਜੋੜਨਾ ਚਾਹੀਦਾ ਵੀ ਨਹੀਂ। ਦੇਖੋ ਜੇ ਜੋੜਿਆ ਤੇ ਇੱਥੋਂ ਤੱਕ ਬੇੜਾ ਗਰਕ ਹੋ ਗਿਆ, ਸਾਡੇ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਦਾ ਕੀ ਹਾਲ ਹੋ ਰਿਹਾ ਵਾ? ਜੀ ਜੀ ਜੀ, ਕੀ ਹਾਲ ਹੁੰਦਾ ਪਿਆ ਗੁਰ ਪੰਥ ਦਾ, ਕੀ ਹਾਲ ਹੁੰਦਾ ਪਿਆ ਵਾ? ਇਹ ਸਭ ਮਤਲਬ ਕਿ ਵੀ ਮੈਂ ਨਾ ਬਹੁਤ ਮੈਂ ਬਿਆਨ ਹੀ ਨੀ ਕਰ ਸਕਦੀ ਜੀ ਵੀ ਜੋ ਸਾਡਾ ਇਹ ਹਸ਼ਰ ਕਰਦੇ ਪਏ ਨਾ, ਸਿੱਖ ਕੌਮ ਦਾ, ਪੰਥ ਦਾ, ਦਰਬਾਰ ਸਾਹਿਬ ਦਾ, ਸ਼੍ਰੋਮਣੀ ਕਮੇਟੀ ਦਾ ਬੇੜਾ ਗਰਕ ਕਰਕੇ ਰੱਖਤਾ। ਪਰ ਮੈਂ ਇਹੀ ਹੱਥ ਜੋੜ ਕੇ ਕਹਾਂਗੀ ਸਾਰੇ ਸਰੋਤਿਆਂ ਨੂੰ ਵੀ ਧਾਰਮਿਕ ਇੱਕ ਪਾਸੇ, ਸਿਆਸਤ, ਹਾਂ ਸਿਆਸਤ ਕਰੋ, ਇਹ ਨੀ ਵੀ ਨਹੀਂ ਸਿਆਸਤ ਕਰਦੇ ਆਏ ਨੇ, ਸ਼ੁਰੂ ਤੋਂ ਸਿਆਸਤ ਚੱਲਦੀ ਆ ਰਹੀ ਹੈ, ਪਰ ਧਾਰਮਿਕ ਗੱਲਾਂ ਨਾਲੇ ਸਿਆਸਤ ਨੂੰ ਨਹੀਂ ਮਿਲਾਉਣਾ ਚਾਹੀਦਾ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਸੀਂ ਗੱਲ ਕੀਤੀ। ਇਸ ਤੋਂ ਮੈਨੂੰ ਗੱਲ ਇੱਕ ਹੋਰ ਚੇਤੇ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੁਣ ਵਿਧਾਨ ਸਭਾ ਇਜਲਾਸ ਦੇ ਵਿੱਚ ਵੀ ਹੋ ਰਹੀ ਸੀਗੀ ਕਿ ਹੁਣ ਇੱਕ ਹਰ ਇੱਕ MLA ਨੂੰ ਉੱਠ ਕੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣਾ ਲਾਜ਼ਮੀ ਬਣਦਾ, ਉਸ ਤੋਂ ਬਾਅਦ ਉਹ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਹਨ, ਤਾਂ ਕੀ ਆਪਾਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇੱਕ ਸਿਆਸੀ ਸਟੇਜ ਦੇ ਉੱਤੇ ਅਸੀਂ ਧਾਰਮਿਕ ਗੱਲਾਂ ਕਰੀਏ ਔਰ ਦੂਜੇ ਪਾਸੇ ਅਸੀਂ ਇੱਕ ਦੂਜੇ ਨੂੰ ਗਾਲਾਂ ਕੱਢੀਏ, ਕੀ ਸਾਨੂੰ ਇਹ ਇਜਾਜ਼ਤ ਦਿੰਦਾ? ਅਤੇ ਮੈਂ ਹਮੇਸ਼ਾ ਅਵੇਅਰ ਕਰਦਾ ਔਰ ਉਹਨਾਂ ਕਾਲਰਸ ਨੂੰ ਵੀ ਕਹਾਂਗਾ ਜਿਨ੍ਹਾਂ ਨੇ ਇੱਕ ਆਪਣੀ ਸਿਆਸਤ ਇਸੀ ਕਰਕੇ ਚਮਕਾਈ ਹੈ ਕਿਉਂਕਿ ਉਹਨਾਂ ਨੇ ਧਾਰਮਿਕ ਗੱਲਾਂ ਵਿੱਚ ਜੋੜਤੀਆਂ, ਜਿਸ ਕਰਕੇ ਜਿਹੜਾ ਧਿਆਨ ਹੈ ਉਹ ਦੂਜੇ ਪਾਸੇ ਭਟਕਾ ਤਾ। ਅਤੇ ਥੋੜ੍ਹਾ ਜਿਹਾ ਸਾਨੂੰ ਸੁਚੇਤ ਹੋਣ ਦੀ ਲੋੜ ਆ, ਥੋੜ੍ਹਾ ਜਿਹੀ ਸਾਨੂੰ ਅਵੇਅਰਨੈਸ ਕਰਨ ਦੀ ਲੋੜ ਹੈਗੀ ਹੈ ਕਿ ਧਾਰਮਿਕ ਮੰਚ ਜਿਹੜੇ ਨੇ ਉਹ ਧਾਰਮਿਕ ਗੱਲਾਂ ਉੱਥੇ ਬਹੁਤ ਵਧੀਆ ਲੱਗਦੀਆਂ ਹਨ, ਲੇਕਿਨ ਸਿਆਸੀ ਮੰਚ ਦੇ ਉੱਤੇ ਅਸੀਂ ਧਾਰਮਿਕ ਗੱਲਾਂ ਨੂੰ ਨਾ ਜੋੜੀਏ, ਤਾਂ ਕਿ ਜਿਹੜੀ ਇੱਕ ਗੁੰਝਲ ਹੈ, ਗੁੰਝਲਪੁਣ ਹੈ, ਉਹ ਸਾਹਮਣੇ ਨਾ ਆ ਸਕੇ। ਧਾਰਮਿਕ ਗੱਲਾਂ ਨੂੰ ਅਸੀਂ ਧਾਰਮਿਕ ਸਟੇਜ ਤੋਂ ਅਗਰ ਐਲਾਨਾਂਗੇ ਨਾ, ਤਾਂ ਮੈਨੂੰ ਲੱਗਦਾ ਉਹਦਾ ਆਵਾਜ਼ ਜਿਹੜੀ ਹੈ ਔਰ ਉਹਦਾ ਜਿਹੜਾ ਪੈਗਾਮ ਹੈ ਉਹ ਲੋਕਾਂ ਦੇ ਕੰਨਾਂ ਤੱਕ ਜਾ ਕੇ ਵੱਜੇਗੀ। ਔਰ ਜਦ ਸਿਆਸੀ ਮੰਚ ਜਦ ਲੱਗਿਆ ਹੋਇਆ, ਜਿੱਥੇ ਮੁੱਦਿਆਂ ਦੀ ਗੱਲ ਹੋ ਰਹੀ ਹੈ, ਜਿੱਥੇ ਮਸਲਿਆਂ ਦੀ ਗੱਲ ਹੋ ਰਹੀ ਹੈ, ਜਿੱਥੇ ਵਿਸ਼ਿਆਂ ਦੀ ਗੱਲ ਹੋ ਰਹੀ ਹੈ, ਉਸਨੂੰ ਅਸੀਂ ਉਸ ਪਾਸੇ ਹੀ ਰਹਿਣ ਦਈਏ ਤਾਂ ਜ਼ਿਆਦਾ ਵਧੀਆ ਹੋਏਗਾ। ਕਿਉਂਕਿ ਇਹੀ ਅੱਜ ਤੱਕ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ, ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ, ਚਾਹੇ ਉਹ ਵੱਖ ਵੱਖ ਹੋਰ ਅਦਾਰੇ ਹੋਣ, ਚਾਹੇ ਹੋਰ ਔਰਗਨਾਈਜੇਸ਼ਨਸ ਹੋਣ, ਮੈਂ ਸਾਰੀ ਔਰਗਨਾਈਜੇਸ਼ਨਸ ਦਾ ਨਾਂ ਨਹੀਂ ਲੈਂਦਾ, ਲੇਕਿਨ ਜਿਹੜੀਆਂ ਜਮਾਤਾਂ ਹਨ ਇਹਨਾਂ ਨੇ ਅੱਜ ਜਿਹੜੀ ਵੰਡ ਪਾਈ ਹੈ ਕੌਮ ਦੇ ਵਿੱਚ, ਇਸੀ ਹੀ ਮੁੱਦੇ ਨੂੰ ਲੈ ਕੇ ਵੰਡ ਪਾਈ ਹੈ। ਅਤੇ ਬੇਨਤੀ ਹੈ ਮੇਰੀ ਹੱਥ ਜੋੜ ਕੇ ਉਹਨਾਂ ਵੀਰਾਂ ਨੂੰ ਕਿ ਤੁਸੀਂ ਵੰਡ ਨਾ ਪਾਓ, ਇਕਮੁੱਠ ਹੋਣ ਦਿਓ ਔਰ ਨਿਸ਼ਾਨ ਸਾਹਿਬ ਦੇ ਥੱਲੇ ਖੜ੍ਹੇ ਹੋ ਕੇ ਯੂਨਾਈਟ ਹੋਣ ਦਿਓ। ਸਾਡੇ ਕੌਮ ਨੂੰ ਬਹੁਤ ਜ਼ਰੂਰੀ ਹੈਗਾ ਵੰਡ, ਜਿਹੜੇ ਨੇ ਉਹ 200 ਸਾਲ ਬ੍ਰਿਟਿਸ਼ਰਸ ਨੇ ਪਾਈ ਪਹਿਲਾਂ ਭਾਰਤ ਦੇ ਵਿੱਚ ਡਿਵਾਈਡ ਐਂਡ ਰੂਲ ਦੀ ਪੋਲਿਸੀ ਖੇਲੀ, ਤਾਂ ਸਾਨੂੰ ਬਹੁਤ ਜ਼ਿਆਦਾ ਲੋੜ ਹੈਗੀ ਹੈ ਉਹਨਾਂ ਲੋਕਾਂ ਨੂੰ ਸਮਝਣ ਦੀ ਜੋ ਕਿ ਸਾਡੀ ਹੀ ਕੌਮ ਦੇ ਵਿੱਚ ਧਾਰਮਿਕ ਗੱਲਾਂ ਲਿਆ ਕੇ ਵੰਡ ਪਾਉਣ ਦੀ ਕੋਸ਼ਿਸ਼ ਕਰਦੇ ਹਨ ਔਰ ਧਾਰਮਿਕ ਗੱਲਾਂ ਨੂੰ ਚਮਕਾ ਕੇ ਆਪਣੀ ਸਿਆਸਤ ਨੂੰ ਮਜ਼ਬੂਤ ਕਰਦੇ ਹਨ ਆਪਣੇ ਨਿੱਜੀ ਸਵਾਰਥਾਂ ਦੇ ਲਈ। ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਲੋਕਾਂ ਤੋਂ ਬਚਣ ਦੇ ਲਈ, ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਤੋਂ ਅਵੇਅਰ ਹੋਣ ਦੇ ਲਈ ਔਰ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਵੇਂ ਸਾਡੇ ਇੱਕ ਕਾਲਰ ਆ ਕੇ ਹਰਭਜਨ ਸਿੰਘ ਜੀ ਵੀ ਕਹਿ ਗਏ ਸੀ ਕਿ ਜਿਹੜੇ ਲਿਖਾਰੀ ਹਨ ਉਹ ਆਪਣੀ ਕਵਿਤਾ ਰਾਹੀਂ ਜਾਂ ਫਿਰ ਆਪਣੇ ਲੇਖ ਰਾਹੀਂ ਧਰਮ ਦੀ ਗੱਲ ਤਾਂ ਕਰਨ, ਲੇਕਿਨ ਲੋਕਾਂ ਦੇ ਵਿੱਚ ਵੰਡ ਨਾ ਪਾਉਣ, ਇੱਕ ਜਿਹੜਾ ਵਿਜ਼ਨ ਆ ਉਹਨਾਂ ਦੇਣ। ਹਰ ਵਿਜ਼ਨ ਦੇ ਨਾਲ ਬੰਦਾ ਜਿਹੜਾ ਉਹ ਮਜ਼ਬੂਤ ਹੋਣਾ ਚਾਹੀਦਾ। ਅੱਜ ਉਹਦੀ ਹੀ ਇਗਜ਼ਾਮਪਲ ਹੈ ਕਿ ਅਸੀਂ ਇੱਕ ਬੇਗਾਨੇ ਮੁਲਕ ਦੇ ਵਿੱਚ ਜਿਹਦਾ ਸਾਡੀ ਵਿਰਾਸਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਅੱਜ ਉੱਥੇ ਅਸੀਂ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਠੋਕ ਰਹੇ ਹਾਂ, ਕਿਉਂਕਿ ਇੱਕ ਵਿਜ਼ਨ ਕਲੀਅਰ ਹੈ ਕਿ ਕਹਿਣ ਦਾ ਭਾਵ ਹੈ ਕਿ ਲੋਕ ਉੱਥੇ ਇੰਨੇ ਇੰਟੈਲੀਜੈਂਟ ਹੋ ਗਏ ਹਨ ਕਿ ਇਹਨਾਂ ਗੱਲਾਂ ਤੋਂ ਦੂਰ ਉੱਠ ਚੁੱਕੇ ਹਨ, ਜਿਸ ਕਰਕੇ ਲੋੜ ਹੈਗੀ ਹੈ
ਪੰਜਾਬ ਦੇ ਵਿੱਚ ਵੀ ਅਜਿਹੇ ਸਿਆਸਤ ਦੀ ਜਿਸ ਤਰੀਕੇ ਨਾਲ ਅਸੀਂ ਮੰਗ ਕਰਦੇ ਹਾਂ ਜਿਹੜੀ ਵੱਖ ਵੱਖ ਗੱਲਾਂ ਦੀ ਉਹ ਪੂਰੀ ਹੋ ਸਕਦੀ ਹੈ ਅਗਰ ਵਿਜ਼ਨ ਸਾਡਾ ਸੇਮ ਰਿਹਾ ਔਰ ਸਾਡਾ ਵਿਜ਼ਨ ਇੰਟੈਲੀਜੈਂਸ ਜਿਹੜਾ ਲੈਵਲ ਹੈ ਉਹ ਰਿਹਾ। ਮੇਰੇ ਨਾਲ ਹੋਰ ਵੀ ਕਾਲਰ ਜੁੜੇ ਹੋਏ ਹਨ, ਉਹਨਾਂ ਦੇ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ, ਵੈਲਕਮ ਬੈਕ ਜੀ। ਮੈਂ ਨਹੀਂ ਗੱਲ ਕਰੂੰਗਾ ਜੀ ਜੀ, ਤੁਸੀਂ ਆਪੇ ਬਹੁਤ ਅੱਛਾ ਜਵਾਬ ਦਿੱਤਾ ਜੀ ਜੀ। ਮੈਂ ਹਰ ਭਰਾ ਨੂੰ ਕਹਿਣਾ ਜੀ ਕਿ ਅਸੀਂ ਇੱਕ ਰੰਗ ਬਿਰੰਗੇ ਪੀ ਗਿਆ ਪੰਜਾਬ ਦੇ ਵਿੱਚ ਜੀ। ਅਸੀਂ ਹਰ ਇੱਕ ਤਰ੍ਹਾਂ ਦੇ ਲੋਕ ਵਸਦੇ ਹਾਂ ਜੀ, ਔਰ ਇੱਕ ਪੋਲੀਟੀਕਲ ਮੰਚ ਹੈ, ਇੱਕ ਪੰਜਾਬੀ ਮੰਚ ਹੈ ਜੀ। ਇੱਥੇ ਕੋਈ ਜੈ ਹਿੰਦ ਵੀ ਕਹਿ ਸਕਦਾ, ਕੋਈ ਨਮਸਤੇ ਵੀ ਕਹਿ ਸਕਦਾ, ਕੋਈ ਜੈ ਭੀਮ ਵੀ ਕਹਿ ਸਕਦਾ, ਕੋਈ ਜੈ ਗੁਰਦੇਵ ਵੀ ਕਹਿੰਦਾ, ਮੈਂ ਦੇਖਿਆ ਕੋਈ ਸਤਿ ਸ਼੍ਰੀ ਅਕਾਲ ਕਹਿੰਦਾ ਜੀ, ਸਾਰੇ ਵੈਲਕਮ ਆ ਜੀ। ਪਰ ਅਸੀਂ ਆਪਣੇ ਆਪ ਨੂੰ ਇੱਕ ਇਹੋ ਜਿਹੀ ਤੰਗ ਸੋਚ ਵਿੱਚ ਨਾ ਪਾਈਏ। ਸਵੇਰ ਨੂੰ ਕੰਮ ਤੇ ਜਾਂਦੇ ਹਾਂ, ਕਿਸੇ ਨੂੰ ਗੁੱਡ ਮਾਰਨਿੰਗ ਗੁਰੇ ਨੂੰ ਕਹਿੰਦੇ ਆ, ਕਿਸੇ ਨੂੰ ਮਾਰਨਿੰਗ ਕਹਿ ਕੇ ਲੰਘ ਜਾਂਦੇ ਆ, ਕਿਸੇ ਨੇ ਕਿਹਾ ਤੂੰ ਮੈਨੂੰ ਕੱਲੀ ਮਾਰਨਿੰਗ ਕਿਉਂ ਗਈ ਆ ਰੱਬ ਦੇ ਵਾਸਤੇ। 21st ਸੈਂਚਰੀ ਰਹਿ ਕੇ ਨਾ ਕੁਛ ਲੋਕਾਂ ਤੋਂ ਸਿੱਖ ਲਈਏ, ਜੇ ਨਹੀਂ ਘਰੋਂ ਲੈ ਕੇ ਆਏ ਤਾਂ ਕੁਛ ਲੋਕਾਂ ਤੋਂ ਸਿੱਖ ਲਈਏ। ਇਹ ਮਾੜੀ ਮਾੜੀਆਂ ਸੋਚਾਂ 'ਚ ਪੈ ਕੇ ਆਪਣਾ ਆਪ ਨਾ ਆਪ ਖਰਾਬ ਕਰੀਏ, ਨਾ ਦੂਸਰਿਆਂ ਨੂੰ ਖਰਾਬ ਕਰੀਏ। ਬਹੁਤ ਕੁਛ ਸਿੱਖਣ ਵਾਲਾ ਇਸ ਦੁਨੀਆਂ 'ਚ ਜੀ। ਰੱਬ ਦੇ ਵਾਸਤੇ ਇਸ ਤੌੜੀ ਸੋਚ 'ਚੋਂ ਨਿਕਲੋ, ਗੇਟ ਆਊਟ ਆਫ ਦਿਸ ਜੀ ਜੀ। ਸਾਨੂੰ ਕਿਸੇ ਪਾਸੇ ਲੈ ਕੇ ਨਹੀਂ ਚੱਲੇਗੀ, ਅਸੀਂ ਸਾਰੇ ਪੰਜਾਬੀ ਭਰਾ ਹਾਂ ਜੀ, ਇੱਕ ਦੂਸਰੇ ਨਾਲ ਪਿਆਰ ਕਰਨਾ ਸਿੱਖੀਏ, ਤਦ ਹੀ ਸਾਡਾ ਚਾਰਾ ਹੋ ਸਕਦਾ ਜੀ। ਬਿਲਕੁਲ, ਸੁਨੇਹਾ ਹੀ ਲਵ ਐਂਡ ਕਰੇਜ ਦਾ। ਮੈਨੂੰ ਲੱਗਦਾ ਕਿ ਲਵ ਐਂਡ ਕਰੇਜ ਨੂੰ ਅਸੀਂ ਮੈਂ ਅਪਣਾ ਲਿਆ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ, ਤਾਂ ਜਿਹੜਾ ਇੱਕ ਪੈਗਾਮ, ਜਿਹੜੀ ਇੱਕ ਟੀਚਿੰਗ ਔਰ ਪ੍ਰੀਚਿੰਗ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਤੋਂ ਮਿਲੀ ਹੋਈ ਹੈ, ਉਹ ਉਸ ਗੱਲ ਨੂੰ ਅਸੀਂ ਅਮਲੀ ਜਾਮਾ ਪਹਿਨਾ ਸਕਦੇ ਹਾਂ। ਇਹਨਾਂ ਗੱਲਾਂ ਤੋਂ ਥੋੜ੍ਹਾ ਦੂਰ ਹਟ ਕੇ, ਇਹਨਾਂ ਗੱਲਾਂ ਤੋਂ ਥੋੜ੍ਹੀ ਉੱਠਣ ਦੀ ਲੋੜ ਹੈ, ਤਾਂ ਕਿ ਜਿਹੜੀ ਇੱਕ ਬਣਦੀ ਗੱਲ ਹੈ ਉਹ ਬਣ ਸਕੇ, ਤਾਂ ਕਿ ਅਸੀਂ ਧਾਰਮਿਕ ਗੱਲਾਂ ਨੂੰ ਔਰ ਸਮਾਜਿਕ ਗੱਲਾਂ ਨੂੰ ਔਰ ਸਿਆਸੀ ਗੱਲਾਂ ਨੂੰ ਇੱਕ ਦੂਜੇ ਦੇ ਨਾਲ ਨਾ ਜੋੜੀਏ, ਤਾਂ ਕਿ ਦੋਨੋਂ ਵੱਖ ਵੱਖ ਗੱਲਾਂ ਰਹਿ ਕੇ ਦੋਨੋਂ ਅਦਾਰੇ ਆਪਣੀ ਸੋਚ ਦੇ ਨਾਲ, ਆਪਣੀ ਆਈਡੀਓਲੋਜੀ ਦੇ ਨਾਲ, ਆਪਣੀ ਵਿਚਾਰਧਾਰਾ ਦੇ ਨਾਲ ਵੱਖ ਵੱਖ ਕੰਮ ਕਰ ਸਕਣ, ਤਾਂ ਕਿ ਦੋਨੋਂ ਅਦਾਰੇ ਇੰਨੇ ਮਜ਼ਬੂਤ ਹੋ ਜਾਣ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਾਸੇ ਇੱਥੇ ਜਿੱਥੇ ਅਸੀਂ ਇੱਕ ਧਰਤੀ ਦੇ ਉੱਤੇ ਇੱਕ ਮੁਲਕ ਦੇ ਉੱਤੇ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਠੋਕ ਰਹੇ ਹਾਂ, ਤਾਂ ਸਮਾਂ ਹੋ ਸਕਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੁਲਕਾਂ ਦੇ ਉੱਤੇ ਵੀ ਪ੍ਰਧਾਨ ਮੰਤਰੀ ਅਹੁਦੇ ਦੀ ਜਾਂ ਫਿਰ ਰਾਸ਼ਟਰਪਤੀ ਅਹੁਦੇ ਦੀ ਵੀ ਅਸੀਂ ਦਾਅਵੇਦਾਰੀ ਠੋਕ ਸਕਦੇ ਹਾਂ। ਲੇਕਿਨ ਜ਼ਰੂਰੀ ਹੈਗਾ ਉਸ ਸੋਚ ਨੂੰ ਬਦਲਣ ਦੀ, ਜ਼ਰੂਰੀ ਹੈਗਾ ਉਸ ਆਈਡੀਓਲੋਜੀ ਨੂੰ ਬਦਲਣ ਦੀ, ਜ਼ਰੂਰੀ ਹੈਗਾ ਸਿਆਸੀ ਮੰਚ ਨੂੰ ਸਿਆਸੀ ਰਹਿਣ ਦੇਣ ਦੀ, ਔਰ ਜ਼ਰੂਰੀ ਹੈਗਾ ਧਾਰਮਿਕ ਮੰਚ ਨੂੰ ਧਾਰਮਿਕ ਰਹਿਣ ਦੇਣ ਦੀ। ਇਸੇ ਦੇ ਨਾਲ ਮੈਂ ਸੀਗਾ ਹਰਕਿਰਤ ਸਿੰਘ ਆਲੂਵਾਲੀਆ, ਮੇਰੇ ਨਾਲ ਸੀਗੇ ਨਵੀਨ ਸ਼ਰਮਾ। ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਜਾਂ ਕੋਈ ਗੱਲ ਹੈਗੀ ਹੈ, ਤੁਸੀਂ ਸਾਨੂੰ ਮੇਲ ਕਰ ਸਕਦੇ ਹੋ, info@justbroadcasting.com, hrkirat@justbroadcasting.com ਦੇ ਉੱਤੇ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਸ ਮੁਤਲਕ ਵੀ ਅਸੀਂ ਤੁਹਾਨੂੰ ਜਵਾਬ ਜ਼ਰੂਰ ਭੇਜੀਏ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।